ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅਧਿਨ ਸੇਵਾਮਾ ਚੌਂਡ ਬੋਰਡ ਵੱਲੋਂ ਨਵੀਂ ਅਪਡੇਟ ਨਿਕਲ ਕੇ ਆਈ ਹੈ ਅਧਿਨ ਸੇਵਾਮਾ ਚੌਂਡ ਬੋਰਡ ਵੱਲੋਂ ਇੱਕ ਕੋਰੀਸੈਂਡਮ ਜਿਹੜਾ ਜਾਰੀ ਕੀਤਾ ਗਿਆ ਸ਼ੁੱਧੀ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ਼ਤਿਹਾਰ ਨੰਬਰ 1 ਆਫ 2022 ਜਿਹਦੇ ਵਿੱਚ ਸਟੈਨੋ ਟਾਈਪਿਸਟ ਤੇ ਜੂਨੀਅਰ ਸਕੀਲ ਸਟੈਨੋਗ੍ਰਾਫਰ ਦੀ ਇਹ ਭਰਤੀ ਸੀਗੀ ਇਹਦੇ ਸਬੰਧੀ ਕਾਫੀ ਟਾਈਮ ਦੀ ਇਹ ਭਰਤੀ ਨਿਕਲੀ ਹੋਈ ਆ ਤੇ ਇਹਦੇ ਸਬੰਧੀ ਪੰਜਾਬੀ ਭਾਸ਼ਾ ਦਾ ਜਿਹੜਾ ਕੁਆਲੀਫਾਈਇੰਗ ਨੇਚਰ ਦੀ ਲਿਖਤੀ ਪ੍ਰੀਖਿਆ ਲਈ ਜਾਣੀ ਸੀ ਉਹ 26 ਫਰਵਰੀ 2023 ਨੂੰ ਨਿਸ਼ਚਿਤ ਕੀਤੀ ਗਈ ਸੀ ਠੀਕ ਹੈ ਬਟ ਕਹਿੰਦੇ ਵੀ ਕੁਝ ਤਕਨੀਕੀ ਜਾਂ ਪ੍ਰਬੰਧਕੀ ਕਾਰਨਾਂ ਦੇ ਸੰਮੁਖ ਇਹ ਪ੍ਰੀਖਿਆ ਹੋਣੇ ਰੀਸ਼ਡਿਊਲ ਕਰ ਦਿੱਤੀ ਗਈ ਆ ਇਹ ਕਰ ਦਿੱਤੀ ਗਈ ਹੈ ਜੀ 5 ਮਾਰਚ 2023 ਸੰਡੇ ਵਾਲੇ ਦਿਨ ਇਹ ਪ੍ਰੀਖਿਆ ਹੋਣੀ ਹੈ ਠੀਕ ਆ ਜੀ ਤਾਂ ਥੋੜਾ ਸਮਾਂ ਕੈਂਡੀਡੇਟਸ ਨੂੰ ਹੋਰ ਮਿਲ ਗਿਆ 26 ਫਰਵਰੀ ਦੀ ਇਹ ਪ੍ਰੀਖਿਆ ਹੋਣੀ ਸੀ ਤੇ ਹੁਣ 5 ਮਾਰਚ 2023 ਦੀ ਇਹ ਪ੍ਰੀਖਿਆ ਹੋਣੀ ਆ ਆ ਜਿਆਦਾ ਸਮਾਂ ਨਹੀਂ ਲੰਘਿਆ ਇੱਕ ਹਫਤਾ ਮਤਲਬ ਇੱਕ ਹਫਤੇ ਦਾ ਹੀ ਗੈਪ ਪਿਆ ਠੀਕ ਆ ਜੀ ਤੇ ਉਸ ਤੋਂ ਬਾਅਦ ਜੀ ਇਸ ਭਰਤੀ ਪ੍ਰਕਿਰਿਆ ਸੰਬੰਧੀ ਜਿੰਨਾ ਉਮੀਦਵਾਰਾਂ ਵੱਲੋਂ ਸ਼ਾਰਟ ਹੈਂਡ ਟੈਸਟ ਦੀਆਂ ਦੋਵੇਂ ਸਾਮੀਆਂ ਭਾਵ ਸਟੈਨੋ ਟਾਈਪਿਸ ਤੇ ਜੂਨੀਅਰ ਸਕੀਲ ਸਟੈਨੋਗ੍ਰਾਫਰ ਦੋ ਤਰ੍ਹਾਂ ਦੀਆਂ ਪੋਸਟਾਂ ਸੀ ਜਿਨੇ ਦੋਨਾਂ ਵਸਤੀ ਅਪਲਾਈ ਕੀਤਾਗਾ ਜਿਹੜੇ ਵੀ ਕੈਂਡੀਡੇਟ ਨੇ ਤਾਂ ਉਹਨਾਂ ਕੈਂਡੀਡੇਟਸ ਦਾ ਸਿੰਗਲ ਪੇਪਰ ਹੀ ਹੋਏਗਾ ਭਾਵੇਂ ਪੰਜਾਬੀ ਦਾ ਜਿਹੜਾ ਪੇਪਰ ਹੈ ਇੱਕ ਹੀ ਲਿਖਤੀ ਪ੍ਰੀਖਿਆ ਲਈ ਜਾਵੇਗੀ ਠੀਕ ਹੈ ਜੀ ਦੋਨਾਂ ਪੋਸਟਾਂ ਲਈ ਸਿੰਗਲ ਪੇਪਰ ਜਿਹੜਾ ਹੋਏਗਾ ਤੇ ਇਹਦੇ ਸੰਬੰਧੀ ਸਾਰੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਮੀਦਵਾਰ ਲੇਟੈਸਟ ਅਪਡੇਟਸ ਪ੍ਰੀਖਿਆ ਦੇ ਸਥਾਨ ਐਡਮਿਟ ਕਾਰਡ ਰੋਲ ਨੰਬਰ ਆਦਲੀ ਬੋਰਡ ਦੀ ਵੈਬਸਾਈਟ ਰੈਗੂਲਰ ਚੈੱਕ ਕਰਦੇ ਰਹਿਣ ਠੀਕ ਹੈ ਜੀ ਤਾਂ 4 ਜਾਂ 5 ਦਿਨ ਪਹਿਲਾਂ ਜਿਹੜੇ ਤੁਹਾਡੇ ਐਡਮਿਟ ਕਾਰਡ ਆ ਜਾਣੇ ਆ ਤੇ ਜਦੋਂ ਵੀ ਐਡਮਿਟ ਕਾਰਡ ਐਡਮਿਟ ਕਾਰਡ ਇਹਦੇ ਆਉਂਦੇ ਆ ਤੁਹਾਡੇ ਤੱਕ ਜ਼ਰੂਰ ਅਪਡੇਟ ਲੈ ਕੇ ਆਵਾਂਗੇ ਉਦੋਂ ਤੱਕ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਇਹਦੇ ਜੇਕਰ ਤੁਹਾਨੂੰ ਮੌਕ ਟੈਸਟ ਚਾਹੀਦੇ ਆ ਸਟੈਨੋ ਦੇ ਸਾਡੇ ਕੋਲ ਮੌਕ ਟੈਸਟ ਵੀ ਸਟੈਨੋ ਦੇ ਅਵੇਲੇਬਲ ਆ ਇਦੇ ਵਿੱਚ ਤੁਹਾਨੂੰ 6 ਮੌਕ ਟੈਸਟ ਅਸੀਂ ਦੇ ਰਹੇ ਹਾਂ 199 ਰੁਪੀਜ਼ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮੌਕ ਟੈਸਟ ਦੀ ਸਾਰੀ ਡਿਟੇਲ ਮਿਲ ਜੇਗੀ ਇਸ ਤੋਂ ਬਾਅਦ ਟੈਲੀਗ੍ਰਾਮ ਚੈਨਲ ਤੇ ਵੀ ਆਪਾਂ ਅਪਡੇਟ ਪਾਈ ਹੋਈ ਆ ਤੇ ਬਾਕੀ ਅਪਡੇਟਸ ਜ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਧੰਨਵਾਦ ਦੋਸਤੋ ਸਸਿਕਾ